ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਮੈਂ ਆਪਜੀ ਦਾ ਭਰਾ ਅਸਨੀ ਜਿੰਬੋ ਐ ਅੱਜ ਅਸੀਂ ਗੱਲ ਕਰਾਂਗੇ ਉਹ ਜਦੋਂ ਜਿਮ ਜਾ ਕੇ ਲੋਕ ਸਟਾਰਟ ਕਰਦੇ ਨੇ ਵਰਕਆਊਟ ਤੇ ਦੇ ਐਂਡ ਅਪ ਡੂਇੰਗ ਓਵਰ ਟ੍ਰੇਨਿੰਗ ਤਾਂ ਉਹਦੇ ਕੀ ਸਾਈਨ ਹੋ ਸਕਦੇ ਹੈ ਕੀ ਨੁਕਸਾਨ ਨੇ ਓਵਰ ਟ੍ਰੇਨਿੰਗ ਹੁੰਦੀ ਹੈ ਜਦੋਂ ਤੁਸੀਂ ਕੋਈ ਐਕਸਰਸਾਈਜ਼ ਬਹੁਤ ਜ਼ਿਆਦਾ ਕਰ ਲੈਂਦੇ ਹੋ ਜਾਂ ਬਹੁਤ ਜ਼ਿਆਦਾ ਫ੍ਰੀਕਵੈਂਸੀ ਕਰਦੇ ਹੋ ਜਾਂ ਇੰਟੈਂਸਿਟੀ ਬਹੁਤ ਜ਼ਿਆਦਾ ਕਰਦੇ ਹੋ ਔਰ ਆਪਣੀ ਬਾਡੀ ਨੂੰ ਇਨਫ ਟਾਈਮ ਨਹੀਂ ਦਿੰਦੇ ਰਿਕਵਰ ਕਰਨ ਲਈ ਜਾਂ ਉਸ ਟ੍ਰੇਨਿੰਗ ਨੂੰ ਅਡਾਪਟ ਕਰਨ ਲਈ ਤਾਂ ਠੀਕ ਹੈ ਪਹਿਲੇ ਅਸੀਂ ਗੱਲ ਕਰ ਲੈਂਦੇ ਓਵਰ ਟ੍ਰੇਨਿੰਗ ਦੇ ਨੁਕਸਾਨ ਕੀ ਕੀ ਹੁੰਦੇ ਨੇ ਓਵਰ ਟ੍ਰੇਨਿੰਗ ਦਾ ਪਹਿਲਾ ਨੁਕਸਾਨ ਹੈ ਕਿ ਤੁਹਾਡੀ ਪਰਫਾਰਮੈਂਸ ਔਰ ਪ੍ਰੋਗਰੈਸ ਜਿਹੜੀ ਹੈ ਉਹ ਰੁਕ ਜਾਵੇਗੀ ਇੰਜਰੀ ਔਰ ਬਿਮਾਰ ਹੋਣ ਦਾ ਰਿਸਕ ਵੱਧ ਜਾਵੇਗਾ ਲਾਸ ਆਫ ਮੋਟੀਵੇਸ਼ਨ ਔਰ ਇੱਕ ਇੱਛਾ ਸ਼ਕਤੀ ਖਤਮ ਹੋ ਜਾਏਗੀ ਬਰਨ ਆਊਟ ਐਂਡ ਫਟਿਗ ਜ਼ਿਆਦਾ ਹੋਵੇਗਾ ਤੁਹਾਡਾ ਯਾਨੀ ਥਕਾਨ ਜ਼ਿਆਦਾ ਹੋਵੇਗੀ ਹਾਰਮੋਨਲ ਇੰਬੈਲੈਂਸਸ ਐਂਡ ਮੂਡ ਸਵਿੰਗਸ ਬਹੁਤ ਜ਼ਿਆਦਾ ਹੋਣਗੇ ਸੋ ਹਾਊ ਡੂ ਯੂ ਨੋ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਤੁਸੀਂ ਓਵਰ ਟ੍ਰੇਨਿੰਗ ਕਰ ਰਹੇ ਹੋ ਇਹ ਆਮ ਗੋਇੰ ਟੂ ਗਿਵ ਯੂ ਸਮ ਸਾਈਨਸ ਤੋ ਤੁਸੀਂ ਆਪਣੇ ਆਪ ਨੂੰ ਡਾਇਗਨੋਸ ਕਰ ਸਕਦੇ ਹੋ ਪਹਿਲਾ ਸਾਈਨ ਹੋਏਗਾ ਕਿ ਤੁਹਾਡੀ ਬੋਡੀ ਹਮੇਸ਼ਾ ਸੋਰ ਟਾਇਰਡ ਔਰ ਵੀਕ ਮਹਿਸੂਸ ਹੋਏਗੀ ਤੁਹਾਨੂੰ ਦੂਜਾ ਸਾਈਨ ਹੈ ਕਿ ਤੁਹਾਨੂੰ ਸਲੀਪ ਵਿੱਚ ਟਰਬਲ ਹੋਵੇਗੀ ਜਾਂ ਸਲੀਪ ਕਰਨ ਲਈ ਕੋਸ਼ਿਸ਼ ਜ਼ਿਆਦਾ ਕਰਨੀ ਪਏਗੀ ਤੁਹਾਨੂੰ ਬਿਮਾਰੀ ਔਰ ਇੰਜਰਡ ਹੋਣ ਦਾ ਜ਼ਿਆਦਾ ਜ਼ਿਆਦਾ ਫ੍ਰੀਕੁਐਂਸੀ ਤੁਸੀਂ ਬਿਮਾਰ ਹੋਣਾ ਸਟਾਰਟ ਕਰ ਦੋਗੇ ਤੁਹਾਡੀ ਭੁੱਖ ਘਟ ਜਾਵੇਗੀ ਔਰ ਐਜ ਡਾਈਜੈਸਟਿਵ ਇਸ਼ੂਸ ਦੇ ਪ੍ਰੋਬਲਮ ਆਣਗੇ ਤੁਹਾਨੂੰ ਐਨਥੂਸੀਆਜ਼ਮ ਵਰਕਆਊਟ ਕਰਨ ਦਾ ਜਾਂ ਕੋਈ ਵੀ ਆਊਟਡੋਰ ਐਕਟੀਵਿਟੀ ਜਾਂ ਕੋਈ ਵੀ ਨਵੀਂ ਐਕਟੀਵਿਟੀ ਕਰਨ ਦੇ ਤੁਹਾਡਾ ਐਨਥੂਸੀਆਜ਼ਮ ਘਟ ਜਾਵੇਗਾ ਤੁਹਾਨੂੰ ਇਹਨਾਂ ਵਿੱਚ ਕੋਈ ਵੀ ਸਾਈਨ ਅਗਰ ਐਕਸਪੀਰੀਅੰਸ ਹੋ ਰਹੇ ਨੇ ਕਿ ਤੁਹਾਨੂੰ ਪਹਿਲੀ ਚੀਜ਼ ਇਹ ਕਰਨੀ ਹੈ ਕਿ ਤੁਹਾਨੂੰ ਆਪਣਾ ਰੁਟੀਨ ਥੋੜਾ ਜਿਹਾ ਘਟਾਣਾ ਹੈ ਐਕਸਰਸਾਈਜ਼ ਥੋੜੀ ਘਟਾਣੀ ਹੈ ਔਰ ਤੁਸੀਂ 1 ਘੰਟਾ ਕਰ ਰਹੇ ਹੋ ਟਰਾਈ ਡੂਇੰਗ ਇਟ 40 ਮਿੰਟਸ ਆਪਣਾ ਰੈਸਟ ਵਧਾਣਾ ਔਰ ਆਪਣੀ ਬਾਡੀ ਨੂੰ ਥੋੜਾ ਜਿਹਾ ਟਾਈਮ ਦੇਣਾ ਹੀਲ ਹੋਣ ਲਈ ਹੁਣ ਮੈਂ ਤੁਹਾਨੂੰ ਥੋੜੇ ਜਿਹੇ ਤਰੀਕੇ ਦੱਸ ਰਿਹਾ ਕਿ ਤੁਸੀਂ ਓਵਰ ਟ੍ਰੇਨ ਨੂੰ ਕਿੱਦਾਂ ਅਵੋਇਡ ਕਰਨਾ ਹੈ ਓਵਰ ਟ੍ਰੇਨਿੰਗ ਅਵੋਇਡ ਕਰਨ ਲਈ is follow a progressive and balanced training program jada tade goals tade level all or tade zarurat nu focus kare apne wo workout nu any intensity apni zarurat nal change karde raho odi oda duration oda frequency agar tuano apne aap nu nahi samajh aa reha te kisi trainer nu you know consult kar lo try consulting a trainer ਟੂ ਸੈਟ ਗੋਲਸ ਵਿਦ ਥੈਮ ਕਿਸੇ ਵੀ ਤਰੀਕੇ ਨਾਲ ਜ਼ਰੂਰੀ ਨਹੀਂ ਕਿ ਤੁਸੀਂ ਜਿਮ ਜਾਓਗੇ ਤੁਸੀਂ ਕਿਸੇ ਹੋਰ ਦਾ ਟ੍ਰੇਨਿੰਗ ਰੁਟੀਨ ਫੋਲੋ ਕਰੋ ਆਪਣੀ ਜ਼ਰੂਰਤ ਨਾਲ ਤੁਹਾਡਾ ਕੀ ਡੇਲੀ ਰੁਟੀਨ ਆ ਉਸ ਹਿਸਾਬ ਨਾਲ ਆਪਣੀ ਟ੍ਰੇਨਿੰਗ ਆਪਣੇ ਗੋਲ ਦੇ ਨਾਲ ਚਾਲੂ ਕਰੋ ਨਿਊਟ੍ਰੀਸ਼ੀਅਸ ਡਾਈਟ ਜ਼ਰੂਰੀ ਲੈਣੀ ਹੈ ਬੈਲੈਂਸ ਡਾਈਟ ਜਿਹਦੇ ਵਿੱਚ ਕਾਰਬੋਹਾਈਡਰੇਟਸ ਪ੍ਰੋਟੀਨ ਫੈਟਸ ਡੂ ਨਾਟ ਅਵੋਇਡ ਆਲ ਆਫ ਥੀਸ ਮੈਕਰੋ ਨਿਊਟ੍ਰੀਟੈਂਟਸ ਡੂ ਨਾਟ ਅਵੋਇਡ ਥੀਸ ਮੈਕਰੋ ਨਿਊਟ੍ਰੀਐਂਟਸ मिनरल्स एंड विटामिंस जरूर ਲੈਣੇ ਹਨ ਕਿ मिनरल एंड ਵਿਟਾਮਿਨਸ ਤੁਹਾਡੀ ਬੋਡੀ ਦੀ ਰਿਕਵਰੀ ਲਈ ਬਹੁਤ ਜ਼ਰੂਰੀ ਨੇ ਪ੍ਰੋਟੀਨ ਆਰ ਕਾਰਬੋਹਾਈਡਰੇਟਸ ਬਸਲਸ ਲਈ ਬਹੁਤ ਜ਼ਰੂਰੀ ਨੇ ਡਰਿੰਕ 플ੈਂਟੀ ਆਫ ਵਾਟਰ ਐਂਡ ਸਟੇ ਹਾਈਡਰੇਟਿਡ ਉਹ ਬਹੁਤ ਜ਼ਰੂਰੀ ਹੈ ਗੇਟ ਇਨਫ ਸਲੀਪ ਐਂਡ ਰੈਸਟ 7 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ ਰੈਸਟ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਪੂਰੀ ਪੂਰੀ ਰਾਤ 7 ਘੰਟੇ ਇੱਕ ਕੰਟੀਨਿਊਸ ਨਹੀਂ ਸੋ ਸਕਦੇ ਸੋ ਟਰਾਈ ਡੂਇੰਗ ਅ ਸਪਲਿਟ ਸਪਲਿਟ ਸਲੀਪ ਮੇਬੀ ਇੱਕ ਘੰਟਾ ਦਿਨੇ ਸੋ ਜਾਵੋ ਮੈਨੇਜ ਯੂ ਸਟ੍ਰੈਸ ਐਂਡ ਟਰਾਈ ਸਮ ਰਿਲੈਕਸੇਸ਼ਨ ਟੈਕਨੀਕਸ ਕੁਝ ਵੀ ਮੈਡੀਟੇਸ਼ਨ ਕੁਝ ਵੀ ਆਊਟਡੋਰ ਐਕਟੀਵਿਟੀ ਇਫ ਯੂ ਲਾਈਕ ਟੂ ਡੂ ਕੁਕਿੰਗ ਇਫ ਯੂ ਲਾਈਕ ਟੂ ਡੂ ਸਵਿਮਿੰਗ ਕੁਝ ਵੀ ਐਕਸਟਰਾ ਤੁਸੀਂ ਕਰਨਾ ਚਾਹੋ ਜਿਹੜੀ ਤੁਹਾਡੀ ਸਟ੍ਰੈਸ ਨੂੰ ਥੱਲੇ ਲਿਆ ਸਕੇ If you like to uh, pet your pet, whatever. Always remember more doesn't mean it is better. When it comes to working out, quality over quantity is the key to achieve the success and your fitness goal and staying fit. You overtraining do training, your health goal ruin Try to follow these simple steps and have a great workout. Thank you.